ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਕੁਝ ਕਿਹਾ ਸੁੱਚਾ ਸਿੰਘ ਲੰਗਾਹ ਨੇ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਉਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜੰਮੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਮਰਨਗੇ। ਉਹਨਾਂ ਦਾ ਕਹਿਣਾ ਸੀ ਕਿ ਕਾਫੀ ਲੰਬੇ ਸਮੇਂ ਤੋਂ ਉਹ ਇਹ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਪਾਰਟੀ ਦੀ ਮੁੱਖ ਧਾਰਾ ਦੇ ਵਿੱਚ ਫਿਰ ਸ਼ਾਮਲ ਕੀਤਾ ਜਾਵੇ, ਜਿਸ ਦੀ ਹਾਈਕਮਾਂਡ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੂੰ ਸ਼ਾਮਲ ਕਰ ਲਿਆ। ਉਹਨਾਂ ਨੇ ਕਿਹਾ ਕਿ ਉਹ ਦਿਨ ਰਾਤ ਪਾਰਟੀ ਲਈ ਕੰਮ ਕਰਨਗੇ ਅਤੇ ਪਾਰਟੀ ਨੂੰ ਲਾਮਬੰਦ ਕਰਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੰਮ ਕਰਨ ਲਈ ਲਾਮਬੰਦ ਕਰਨਗੇ। ਉਹਨਾਂ ਕਿਹਾ ਕਿ ਜਿਹੜੇ ਲੀਡਰ ਪਾਰਟੀ ਤੇ ਮੁੱਖ ਧਾਰਾ ਤੋਂ ਲਾਂਬੇ ਹੋ ਕੇ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਤਰਲਾ ਕਰਨਗੇ ਕਿ ਸਾਰੇ ਹੀ ਇੱਕ ਝੰਡੇ ਥੱਲੇ ਇਕੱਠੇ ਹੋ ਜਾਣ। ਨਾਲ ਹੀ ਉਹਨਾਂ ਨੇ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਕਿਹਾ ਕਿ ਤਗੜੇ ਹੋ ਜਾਣ, ਹੁਣ ਤਗੜੇ ਮੁਕਾਬਲੇ ਦੇ ਨਾਲ ਉਹਨਾਂ ਦੇ ਨਾਲ ਨਜਿੱਠਿਆ ਜਾਵੇਗਾ। ਮੈਂ ਅਕਾਲ ਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ। ਮੇਰੀ ਉਹਨਾਂ ਨੇ ਬਾਂਹ ਫੜੀ ਅਤੇ ਮੇਰਾ ਤਰਲਾ ਅਕਾਲੀ ਦਲ ਤੱਕ ਪਹੁੰਚਾਇਆ ਅਤੇ ਮੈਨੂੰ ਅਕਾਲੀ ਦਲ ਨੇ ਅੱਜ ਆਪਣੇ ਘਰ 'ਚ ਸ਼ਾਮਲ ਕਰ ਲਿਆ। ਮੈਂ ਬੜੇ ਚਿਰ ਦਾ ਮਿੰਨਤਾਂ ਕਰਦਾ ਸੀਗਾ, ਤਰਲੇ ਲੈਂਦਾ ਸੀਗਾ ਅਤੇ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ, ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ, ਸਰਪੰਚ ਬਣਾਇਆ, ਗਵਰਨਰ ਕੌਂਸਲ ਦਾ ਮੈਂਬਰ ਬਣਾਇਆ, ਸ਼੍ਰੋਮਣੀ ਕਮੇਟੀ ਦਾ ਮੈਂਬਰ ਮੈਂ 1992 ਤੋਂ ਅੱਜ ਤੱਕ ਬਣਿਆ ਹੋਇਆ ਵਾਂ। ਅਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜ਼ੀਰ ਰਿਹਾ ਵਾਂ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜਥੇਦਾਰ ਰਿਹਾ, ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਵਾਂ। ਇਸ ਪਾਰਟੀ ਦਾ ਮੈਂ ਕੀ ਦੇਣ ਦੇ ਸਕਦਾ ਵਾਂ? ਇੱਥੇ ਤਾਂ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ। ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਅਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਿਹੜਾ ਕਿਹੜਾ ਹੋਇਆ ਵਾ। 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ। ਮੈਂ ਵਜ਼ੀਰ ਰਿਹਾ ਵਾਂ, ਵੱਧ ਤੋਂ ਵੱਧ ਬੰਦਾ ਇਹੋ ਹੀ ਸੋਚਦਾ ਨਾ ਵੀ ਮੈਂ MLA ਬਣ ਜਾਵਾਂ, ਮੈਂ ਵਜ਼ੀਰ ਬਣ ਜਾਵਾਂ ਅਤੇ ਫਿਰ ਇੱਕ ਦਿਨ ਸਾਬਕਾ ਬਣਨਾ ਹੀ ਹੈ ਨਾ। ਅਤੇ ਮੈਂ ਸਾਬਕਾ ਤਾਂ ਮੇਰੇ ਕੋਲ ਕਿਸੇ ਨੇ ਇਲਾਜ ਨਹੀਂ ਲੈਣਾ, ਪਰ ਜਿਸ ਪਾਰਟੀ ਵਿੱਚ ਜਨਮ ਲਿਆ, ਜਿਹਨੇ ਇੰਨਾ ਕੁਝ ਦਿੱਤਾ, ਮੈਂ ਆਖਰੀ ਸਾਹ ਵੀ ਉਸੇ ਪਾਰਟੀ 'ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ 'ਚ ਸ਼ਾਮਲ ਕਰ ਲਓ। ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ, ਮੈਨੂੰ ਪਾਰਟੀ 'ਚ ਸ਼ਾਮਲ ਕੀਤਾ। ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ। ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ, ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ। ਮੈਂ ਆਹ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ, ਅੱਜ ਆਏ ਤਾਂ ਸਵੇਰੇ ਟਿਕਟ ਦਿਓ ਜੀ, ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮ 'ਚ, ਅਸੀਂ ਚੱਲੇ ਜੇ ਕਾਂਗਰਸ 'ਚ, ਅਸੀਂ ਚੱਲੇ ਜੇ ਫਲਾਣੇ 'ਚ। 8 ਪੈਰਾਂ 'ਚ ਹੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਵੀ ਜਿਹੜਾ 8 ਪੈਰਾਂ 'ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ। ਆਹ ਬੈਠੇ ਨੇ ਮੂਸਲ ਬਣ ਕੇ, ਬੋਰਡ ਬਣ ਕੇ, ਆ ਜਿਹੜੇ 8-10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ, ਇਹਨਾਂ ਨੇ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ 'ਚ ਹੰਢਾਈ ਹੈ। ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕਿੰਡ ਕਮਾਂਡ ਸਾਂਭੀ, ਅੱਜ ਪਰਾਂ ਬਹਿਣ ਦਾ ਮੌਕਾ ਨਹੀਂ, ਆਖਰੀ ਸਟੇਜ 'ਤੇ ਨੇ ਅਤੇ ਆਖਰੀ ਸਟੇਜ 'ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਅਕਾਲੀ ਦਲ ਲਈ ਲਾ ਦੇਣੀ ਚਾਹੀਦੀ ਹੈ। ਤੁਸੀਂ ਅਪੀਲ ਕਰੋਗੇ? ਮੈਂ ਅਪੀਲ ਕਰਾਂਗਾ, ਮੈਂ ਤਰਲਾ ਵੀ ਮਾਰਾਂਗਾ, ਮੈਂ ਪੈਰ ਵੀ ਫੜਾਂਗਾ। ਉਹਦੇ 'ਚ ਢੀਂਡਸਾ ਸਾਹਿਬ ਬੈਠੇ ਨੇ, ਰੱਖੜਾ ਸਾਹਿਬ ਬੈਠੇ ਨੇ, ਚੰਦੂ ਮਾਜਰਾ ਜੀ ਬੈਠੇ ਨੇ, ਮਲੂਕਾ ਜੀ ਬੈਠੇ ਨੇ, ਇਹ ਪੁਰਾਣੇ ਬੰਦੇ ਨੇ ਸਾਡੇ, ਇਸ ਪਾਰਟੀ 'ਚ ਜਾਨ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਣਾ ਕਿ ਜਿੰਨਾ ਚਿਰ ਉਹ ਪਰਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ। ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ,
ਕੋਈ ਸੁਖਬੀਰ 'ਚ ਦੋਸ਼ ਨਹੀਂ, ਪਰ ਏਜੰਸੀਆਂ ਨੇ ਚਾਰ ਚੁਫੇਰਿਓ ਸੁਖਬੀਰ ਨੂੰ ਘੇਰਿਆ, ਜਿਵੇਂ ਕਾਂਗਰਸ ਦੀਆਂ ਏਜੰਸੀਆਂ ਨੇ ਅਕਾਲੀ ਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ। ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ। ਆਓ ਪੰਜਾਬ ਦੇ ਲੋਕੋ, ਅਣਖੀ ਲੋਕੋ, ਗੱਲ ਨੂੰ ਸਮਝਣ ਵਾਲੇ ਸਿਆਣਿਓ, ਅਕਾਲੀ ਦਲ ਨੂੰ ਬਚਾਈਏ। ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਹੈ ਜਿਹੜੀ ਸਿੱਖਾਂ ਦੀ ਗੱਲ ਦੁਨੀਆਂ 'ਚ ਕਰ ਸਕਦੀ ਹੈ। ਬਿਲਕੁਲ, ਤੁਸੀਂ ਲੰਬਾ ਤਜਰਬਾ ਤੁਹਾਡਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਏਜੰਸੀਆਂ ਪੈ ਗਈਆਂ ਨੇ, ਸਰਕਾਰਾਂ ਵੀ ਜਿਹੜੀ ਨਵੀਂ ਆਈਆਂ ਇਹ ਬਦਲਾਅ ਦੇ ਨਾਂ ਦੇ ਉੱਤੇ ਆਈਆਂ ਸੀ, ਕੀ ਮੰਨਦੇ ਕੋਈ ਬਦਲਾਅ ਹੋ ਗਿਆ ਜੀ? ਬਦਲਾਅ ਬਹੁਤ ਵੱਡਾ ਹੋ ਗਿਆ, ਆ ਡੈਮੋਕ੍ਰੇਸੀ ਦਾ ਬੇੜਾ ਹੀ ਗਰਕ ਕਰ ਛੱਡਿਆ ਇਹਨਾਂ ਨੇ। ਲੋਕਤੰਤਰ ਜਿਹੜਾ ਪੰਚਾਇਤ ਤੋਂ ਸ਼ੁਰੂ ਹੁੰਦਾ, ਇਹ ਪੰਚਾਇਤ ਦੇ ਵਿੱਚ ਲੋਕਤੰਤਰ ਰਹਿ ਗਿਆ ਵਾ, ਲੋਕਤੰਤਰ ਦਾ ਸੱਤਿਆਨਾਸ ਕਰ ਦਿੱਤਾ। ਮੈਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਜੇ ਮੇਰੀ ਆਵਾਜ਼ ਸੁਣਦੇ ਨੇ ਤਾਂ ਦਖਲ ਦੇਣ ਪੰਜਾਬ ਦੀ ਧਰਤੀ 'ਤੇ, ਲੋਕਤੰਤਰ ਨੂੰ ਬਚਾ ਲੈਣ, ਨਹੀਂ ਤਾਂ ਇਹ ਨਾਮੀਨੇਟ ਪੰਚਾਇਤਾਂ ਕਰਨ ਦਾ ਅਧਿਕਾਰ ਦੇ ਦੇਣ, ਵੀ ਜਿਹੜੀ ਸਰਕਾਰ ਆਏ ਨਾਮੀਨੇਟ ਕਰ ਲਏ, ਲੋਕਾਂ ਨੂੰ ਨਾ ਲੜਾਈਏ, ਨਾ ਪੜ੍ਹਾਈਏ, ਭਰਾਵਾਂ ਨੂੰ ਨਾ ਸਿਰ ਇੱਕ ਦੂਜੇ ਕੋਲ ਪੜਵਾਈਏ। ਲੰਮਾ ਸਮਾਂ ਪਾਰਟੀ ਤੋਂ ਵੱਖਰੇ ਰਹੇ, ਵਿਰੋਧੀਆਂ ਨੂੰ ਕੀ ਜਵਾਬ ਹੈ? ਉਹ ਵਿਰੋਧੀਆਂ ਕੋਲੋਂ ਤਾਂ ਸਿੱਖੀ ਦਾ ਬਹੁਤ ਕੁਝ ਸਿੱਖੇ ਆ। ਵਿਰੋਧੀਆਂ ਜਿਹੜੇ ਮੇਰਾ ਵਿਰੋਧ ਕਰਦੇ ਰਹੇ ਨੇ ਨਾ, ਇਹਨਾਂ ਆਪਣੇ ਆਪਣੀ ਆਪਣੀ ਹਵਾ ਨਾਲ ਹੀ ਮਰ ਜਾਣਾ ਮੈਂ, ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ। ਪਾਪੀ ਕੋ ਮਾਰਨੇ ਕੇ ਲੀਏ ਪਾਪੀ ਮਾਂ ਬਲੀਏ। ਕਈ ਲੋਕ ਇੰਨੇ ਗਲਤ ਕੰਮ ਕਰ ਜਾਂਦੇ ਨੇ, ਨਾ ਰਾਤ ਨੀਂਦ ਆਉਂਦੀ ਹੈ ਨਾ ਦਿਨੇ ਆਉਂਦੀ ਹੈ, ਉਹ ਰੋਜ਼ ਮਰਦੇ ਨੇ ਅਤੇ ਰੋਜ਼ ਹੀ ਜੀਂਦੇ ਨੇ, ਰੋਜ਼ ਹੀ ਮਰਦੇ ਨੇ ਅਤੇ ਰੋਜ਼ ਹੀ ਜੀਂਦੇ ਨੇ, ਉਹਨਾਂ ਨੂੰ ਇੱਕ ਵਾਰੀ ਮਰਨ ਦੀ ਕੀ ਲੋੜ ਹੈ? ਜਸਦਾ ਜੀ, ਜਿਹੜੇ ਇੱਕ ਤਾਂ ਵਿਰੋਧੀ ਸਾਹਮਣੇ ਵਾਲੇ ਹੁੰਦੇ ਨੇ, ਇੱਕ ਜਿਹੜੇ ਅੰਦਰੂਨੀ ਨੇ ਆਪਣੇ 'ਚ ਰਹਿ ਕੇ ਵੀ ਜਿਹਨਾਂ ਨੇ ਕਈਆਂ ਨੇ ਵਿਰੋਧ ਕੀਤਾ ਜੀ, ਉਹ ਜਿਹੜੇ ਆਪਣੇ 'ਚ ਬਹਿੰਦੇ ਉਹਨਾਂ 'ਚ ਜਾਨ ਥੋੜ੍ਹੀ ਹੁੰਦੀ, ਉਹ ਮੁੱਕ ਜਾਂਦੀ ਹੁੰਦੀ, ਆਪਣੇ ਆਪ ਹੀ ਮੁੱਕ ਜਾਣੀ ਹੈ। ਹੁਣ ਜਿੰਨੀ ਕੁ ਮੇਰੇ 'ਚ ਵੱਧਦੀ ਜਾਣੀ ਹੈ, ਓਨੀ ਉਹਨਾਂ ਦੀ ਨਿਕਲਦੀ ਜਾਣੀ ਹੈ। ਪੂਰਾ ਹੋਏਗਾ, ਤਨਦੇਹੀ ਦੇ ਨਾਲ ਲੜਾਂਗੇ, ਭੰਭੀਰੀਆਂ ਭਵਾਵਾਂਗੇ, ਹੈਂ ਜੁੰਡਿਆਂ ਤੋਂ ਫੜ ਫੜ ਕੇ ਫੇਰਾਂਗੇ ਇਹਨਾਂ ਨੂੰ, ਰਾਜਨੀਤੀ 'ਚ ਨੰਗੀਆਂ ਕਰਾਂਗੇ, ਲੋਕਤੰਤਰ ਦੀ ਬਹਾਲੀ ਕਰਾਂਗੇ, ਲੋਕਾਂ 'ਚ ਵਿਸ਼ਵਾਸ ਰੱਖਾਂਗੇ, ਲੋਕਾਂ ਦਾ ਦਿਲ ਜਿੱਤਾਂਗੇ, ਲੋਕਾਂ ਦੇ ਦਿਲਾਂ 'ਤੇ ਰਾਜ ਕਰਾਂਗੇ, ਲੋਕਾਂ 'ਚ ਵਿਚਰਾਂਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਕੋਈ ਪਾਰਟੀ ਦੇ ਨਾਲ ਕੋਈ ਜਥੇ ਕੋਈ ਸੌਦਾ ਜਾਂ ਕੋਈ ਮੰਗ ਤਾਂ ਨਹੀਂ ਰੱਖੀ ਗਈ? ਕੋਈ ਪਾਰਟੀ ਕੋਲ ਮੰਗ ਨਹੀਂ, ਪਾਰਟੀ ਜੋ ਦਿੱਤਾ ਮੈਂ ਦੇਣੀ ਨਹੀਂ ਦੇ ਸਕਦਾ ਪਾਰਟੀ ਦਾ, ਪਾਰਟੀ ਮੰਗ ਤਾਂ ਮੂਜੀ ਲੋਕ ਰੱਖਦੇ ਨੇ, ਮੈਂ ਮੂਜੀ ਨਹੀਂ ਗਾ, ਮੈਂ ਸ਼ਹੀਦਾਂ ਦੇ ਸਥਾਨ 'ਤੇ ਬੈਠਾ ਹੋਇਆ ਵਾਂ, ਮੈਂ ਪਾਰਟੀ ਕੋਈ ਮੰਗ ਨਹੀਂ ਰੱਖਦਾ, ਮੈਂ ਪਾਰਟੀ ਦੀ ਸੇਵਾ ਕਰਾਂਗਾ। ਹੁਣ ਇਹ ਤਾਂ ਪਾਰਟੀ ਦੀ ਮਰਜ਼ੀ ਹੈ, ਮੈਂ ਨਹੀਂ ਲੜੂੰਗਾ, ਪਾਰਟੀ ਦੀ ਮਰਜ਼ੀ ਹੈ, ਏ ਨੂੰ ਲੜਾਉਣ, ਬੀ ਨੂੰ ਲੜਾਉਣ, ਸੀ ਨੂੰ ਲੜਾਉਣ, ਜਿਹਨੂੰ ਲੜਾਉਣ ਤਨਦੇਹੀ ਨਾਲ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਮੈਂ ਸ਼ਹੀਦਾਂ ਦੇ ਸਥਾਨ 'ਤੇ ਹਾਂ, ਮੈਂ ਤਨਦੇਹੀ ਨਾਲ ਕਾਲੋਂ ਦੀ ਮਦਦ ਕੀਤੀ ਸੀ, ਤਨਦੇਹੀ ਨਾਲ, ਉਹਦਾ ਪਿਓ ਸਾਡਾ ਯਾਰ ਸੀ, ਸਾਡਾ ਭਰਾ ਸੀ, ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ, ਉਹਦੀ ਮਾਤੀ ਮਾਰੀ ਗਈ ਹੈ ਜਿਹੜਾ ਪਾਰਟੀ ਛੱਡ ਗਿਆ, ਨਹੀਂ ਤਾਂ ਉਹਦਾ ਬਦਲੀ ਕੋਈ ਨਹੀਂ ਸੀਗਾ, ਉਹਦੇ ਮੱਤ ਮਾਰੀ ਗਈ, ਮੈਂ ਉਹਦੀ ਵੀ ਮਦਦ ਕੀਤੀ ਹੈ, ਜਿਹੜਾ ਆਉਂਦਾ ਸੀ ਮੇਰੀ ਮਦਦ ਨਹੀਂ ਕੀਤੀ। ਜਸਦਾ ਜੀ, ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ, ਹਾਏ ਹੋਏ ਰੱਬਾ ਲੰਘਾ ਆ ਗਿਆ, ਹੁਣ ਕੀ ਕਹਿੰਦੇ ਹੋ? ਇਹ ਹੁਣ ਇਹ ਲੱਗੇਗਾ ਵਿਰੋਧੀਆਂ ਨੂੰ ਇਹ ਵਾਲਾ ਕਰੰਟ? ਚਲੋ ਕੋਸ਼ਿਸ਼ ਕਰਾਂਗੇ, ਸਾਰਾ ਜ਼ਿਲ੍ਹਾ ਆਰਗੇਨਾਈਜ਼ ਕਰਕੇ ਅਤੇ ਘੋੜੀ 'ਤੇ ਚੜ੍ਹੀਏ। ਮੈਨੂੰ ਖੁਸ਼ੀ ਹੈ, ਮੈਂ ਦੋ ਵਾਰੀ ਆਪਣੀ ਪ੍ਰਧਾਨਗੀ ਥੱਲੇ ਸਾਰਾ ਜ਼ਿਲ੍ਹਾ ਜਿੱਤਦਾ ਰਿਹਾ ਔਰ ਸਰਕਾਰ ਪ੍ਰਕਾਸ਼